ਕਾਲ ਦੀ ਯਾਦ ਕਰਦੇ ਹਾਂ ਬਲੋਗ ਸ਼ੁਰੂ ਕਰਦੇ ਹਾਂ ਆਪਾਂ ਨਵੀਂ ਥਾਂ ਦੇ ਲੋਏ ਪਵਾਉਣ ਚਕੋਮਾ ਪੱਤਰਾ ਦੇ ਚੰਡੀਗੜ੍ਹ ਇੰਡਸਟਰੀ ਏਰੀਏ 'ਚ ਨਾ ਕਿਹੜੇ ਪਵਾਉਂਦਾ ਡਿਜ਼ਾਈਨ ਸਿਲੈਕਟ ਕਰਦੇ ਹਾਂ ਦਿਖਾਉਂਦੇ ਹਾਂ ਤੁਹਾਨੂੰ ਗੱਡੀ ਆਪਣੀ ਉਹ ਲੱਗ ਰਹੀ ਸਾਈਡ ਕਰਨ ਲੱਗਿਆ ਇਹ ਹੁਣ ये को मां बता तेरे ने करते फोन यार ये आ जाओ ना कर दी आहो समझाना ही है उन्हें ता के साडे तो पहला है तैयार हुई हुई है 18 इंच पोया बंदे ने टायर पोया ऑफ रोडर ये साडी ये दसो फिर किन्ने इंच पोई है ਬਾਈ ਬੱਤ ਬਲੂ ਦਾ ਰੇਟ ਉਹ ਦੇ ਦਿੰਦੇ ਆ ਲਾਲ ਦਾ ਆਪਾਂ ਇਹ ਕਢਾਇਆ ਇਹ ਫਿਊ ਦਾ ਟ੍ਰੈਂਡਿੰਗ ਹੈ ਜਿਹੜਾ ਅੱਜ ਦਾ ਸਭ ਤੋਂ ਜ਼ਿਆਦਾ ਬਾਕੀ ਦੇਖਦੇ ਆ ਬੁੱਢੀ ਦੂਜੀ ਵਾਲੀ ਨਹੀਂ ਹੈਗੀ ਆਫ ਰੋਡ ਵਾਲੀ ਮੋਟੀ ਲਗਾ ਦਿੰਦੇ ਹਾਂ ਹਾਂ ਪਿੱਛਾ ਆਇਆ ਭੈਣ ਦੇ ਉੱਚਾ ਬੁੱਥਿਆ ਵੱਜਾ ਹੈ ਕਿਤੇ ਕੰਮ ਜਾ ਹੋ ਜਾਏ ਇਹ ਬੰਦੇ ਲੋਏ ਪਵਾਉਣ ਆਏ ਦੋ ਜੋ ਕੌਮਾਂ ਦੇ ਹਾਂਜੀ ਕਿਆ ਕਹਿ ਰਿਹਾ ਇਕੱਠੇ ਹੀ ਪਾਊਂਗਾ ਰੋਜ਼ ਇੱਕ ਇੱਕ ਪਾ ਦੇਗਾ ਨਾ ਅੱਜ ਨਹੀਂ ਪਾਉਣਾ ਕੱਲ ਤੇ ਹੈ ਨਹੀਂ ਹਾਲੇ ਪਾਊਂਗਾ ਹਾਂਜੀ ਫਿਰ ਦੱਸੋ ਫਿਊਲ ਤੇ ਪਵਾਈਏ ਦੋਵਾਂ ਫਿਊਲ 'ਚ ਇੱਕ ਹੈਗੇ 2.5 ਲੱਖ ਦੇ ਅਤੇ ਇੱਕ ਪੈਂਦੇ ਨੇ 1.5 ਲੱਖ ਦੇ ਆਹ ਜਿਹੜਾ ਪਾਉਣ ਲੱਗਿਆ ਬਾਈ ਇਹ 1.5 ਲੱਖ ਵਾਲਾ ਪਾ ਲਓ ਹੁਣ ਠੀਕ ਹੈ ਜੀ ਅਤੇ ਜਿਹੜਾ ਆਹ ਫਿਊਲ ਦਾ ਮਾਡਲ ਹੈ USA ਇਹ ਵੀ ਹੈਗਾ 2.5 ਲੱਖ ਦਾ ਇੱਕ ਪੈਣ ਦਾ ਇਕੱਲਾ ਲੋਏ 16,000 ਦਾ ਟਾਇਰ 5 ਲੋਏ ਆਉਂਗੇ ਠੀਕ ਹੈ ਜੀ ਅਤੇ ਆਪਾਂ ਕਰਾਇਆ ਆ 40 ਇੱਕ ਵਾਰੀ ਇੱਕ ਬੰਦੇ ਦਾ ਵਿਚਾਰਾ ਟਾਇਰ ਵੀ ਨਹੀਂ ਚੱਕ ਪਾਉਂਦਾ ਹੈ ਆ ਗਿਆ ਦਿਲ ਦੀ ਪੂਰੀ ਕਰੂੰਗੇ ਐਂ ਥੋੜ੍ਹਾ ਅੱਖਾਂ ਵਿੱਚ ਲੈ ਜੂੰਗੇ ਚੀਜ਼ ਕਿਉਂ ਬਾਈ ਸਭ ਤੋਂ ਜ਼ਿਆਦਾ ਕਿਹੜਾ ਟਾਇਰ ਪੈਂਦਾ ਬਾਈ ਨਹੀਂ ਸਾਰੇ ਤਾਂ ਨਹੀਂ ਪੈਂਦੇ ਜਿਹੜਾ ਇੱਕ ਪੈਂਦਾ ਵਧੀਆ ਜਿਹੜਾ ਹਾਂ ਵੀ ਇਹਦਾ ਵੀ ਕੇ ਰਿਹਾ ਬਾਈ ਇਹਨੂੰ ਦੱਸਣੇ ਕਹਿਣੇ ਕੀ ਲੋੜ ਹੀ ਨਹੀਂ ਭਾਜੀ ਮਰੀ ਜੇਗਾ ਤੋ ਹਰੇ ਜਾਗਾ ਉਹਦੇ ਲੈ ਜਾ ਸਰੀ ਬਣਾਉਣਾ ਇੰਨੇ ਬਾਹਰ ਆ ਇੰਨਾ ਬਾਹਰ ਹੈ ਬੁੱਥੇ ਵਾ ਮਾਰੇ ਕਹਿੰਦੇ ਚਿੱਟੇ ਪਿੱਛੇ ਵਾਲੇ ਬੰਦੇ ਦੇ ਵੀ ਦੇਖੀ ਕਿੰਨੀ ਪ੍ਰੋਫਾਈਲ ਬਾਹਰ ਆ ਗਈ ਬਹੁਤ ਅੰਬੀ ਬਾਦਾਂ ਪਾ ਲੂੰਗੇ ਬਾਈ ਨਾ ਨਾ ਕਿਉਂ ਨਹੀਂ ਪੈਣੇ ਟਾਇਰ ਕਸਾਗਾ ਫਿਰ ਪਵਾ ਲੂੰਗੇ ਸ਼ੌਂਕ ਆ ਇਮਾ ਕਿਆ ਚੱਕਰ ਹੈ ਪਹਿਲਾਂ ਇੱਕ ਵਾਰ ਇਹ ਦੇਖਦੇ ਆ ਅੰਕਲ ਕਹਿੰਦਾ ਜਿਹੜੇ ਗੈਰ ਲਾਉਂਦੇ ਫ੍ਰੀ ਲੈ ਜਾਓ ਸਾਰੀ ਥਾਰ ਇਕੱਠਾ ਰੱਖਿਆ ਉੱਪਰ ਸਾਰੀ ਥਾਰ ਦੇ ਹੀ ਲੋਏ ਹਲਕ ਬਾਈ ਤਵੇਂ ਕਰੋ ਸਿਲੈਕਟ ਯਾਰ 20 ਇੰਚ ਵਾ ਇਹ ਹੈ ਇਹ ਹੈ ਇਹ ਹੈ ਆਏ ਆਏ ਪਲਾਟੀ ਦਾ ਇਹ ਮੋਸ਼ਨ ਆਰ ਆ ਪਿਆ ਰੋਲਸ ਰੋਇਸ
ਜ਼ਿਆਦਾਤਰ ਤਾਂ ਬਾਈ ਜਿਹੜਾ ਮੈਂ ਸਿਲੈਕਟ ਕਰਿਆ ਉਹੀ ਚੱਲ ਰਿਹਾ, ਇਹ ਫੁੱਲ ਵਾਲਾ ਫੁੱਦੜ ਜਿਹਾ। ਕਿਆ ਜਿਹਾ ਚੱਲ ਰਿਹਾ ਇਹ ਦੱਸੀ? ਹਾਂ ਬਾਈ ਕਿਉਂ ਪਿਆ, ਇਹ ਵੀ ਵਧੀਆ ਲੱਗਦਾ ਵੈਸੇ, ਮੈਂ ਕਹਿ ਰਿਹਾ ਇਹ ਪਵਾ ਦੇਵਾਂ ਯਾਰ, ਜੋ ਦੇਖਾਂ ਪਵਾ ਕੇ ਇੱਕ। ਨਹੀਂ ਮੈਂ ਤਾਂ ਮਤੇ ਇਹ ਉਹ ਜਿਹਾ ਚਾਹ ਹੋ ਉਹ ਯਾ ਉਹ ਲਵਾ ਕੋਈ ਯਾਰ, ਮੈਂ ਦੱਸ ਰਿਹਾ ਤੈਨੂੰ, ਮੈਂ ਕਹੇ ਉਹ ਜਿਹਾ ਚਾਹ ਉਹ ਜਿਹਾ, ਜਾਂ ਫਿਰ ਇਹ ਦੇਖਾਂ ਪਵਾ ਕੇ ਇੱਕ ਵਾਰੀ BMW ਵਾਲਾ। ਇਹ ਤਾਂ ਬਾਹਰ ਆ ਬਾਈ, ਇਹ ਤਾਂ ਬੇਇੱਜ਼ਤੀ ਕਰੀ ਜਾਂਦਾ, ਜੋ ਪਵਾ ਲਵਾਂ ਇੱਕ ਵਾਰ ਦੇਖਾਂ ਉਹ ਵਾਲਾ ਹਸਨ ਜੋ ਲੋਆ ਬਾਹਰ ਰਹਿਣਾ ਦੇਖ ਲਿਆ, ਇੰਨਾ ਡੂੰਘਾ ਵੀ ਹੋ ਗਿਆ ਅੰਦਰ ਨੂੰ। ਇਸੀ ਮੈਂ ਕਰੋਮ ਪੁੱਛਗਾ, ਦੇਖਾ ਕਰੋਮ ਦੇਖੀ ਲੋਆ ਮੇਰੀ ਚੋਇਸ ਦੇਖੀ ਤੂੰ ਕਹੂਗਾ ਵੀ ਹਾਂ ਵਾਕਈ ਵੀ ਚੀਜ਼ ਬਣੀ ਹੈ, ਜਾਂ ਉਹ ਪਵਾ ਦੇਵਾਂ ਫਿਰ। ਕਿੱਥਾ ਬਾਹਰ ਉਹ ਦੇਈ ਜੇ ਹੋਰ ਹੈ, ਉਹ ਹੋਰ ਹੈ। ਚਲੋ ਮੰਨਦਾ ਸ਼ੋਕਰ, ਚਲੋ ਦੇਖੋ ਫਿਰ ਇੱਕ ਵਾਰ ਉਹਨੂੰ ਰੇਟ ਰੂਟ ਕਰਾਵਾਂ ਫਿਰ। ਬਣਾਇਆ ਵੀਰ ਜੈਕ ਬਾਏ ਤਰਵਾ ਇਹਨੂੰ, ਪਰ ਅਗਲਾ ਟਾਇਰ ਨਹੀਂ ਲਾਇਆ, ਜੈਕ ਬਾਏ ਕਿਸ ਤਰ੍ਹਾਂ ਉਤਰੂਗੀ ਬਾਈ ਦੱਸੋ ਫਿਰ, ਕਿਆ ਰਿਪੋਰਟ ਹੈ? ਦੁਬਾਰੇ ਆ ਪਾ ਰਹੇ ਆ ਕੋਈ ਟਾਇਰ ਪਾ ਤਾਂ ਰਹੇ ਨੀ। ਹਾਂ ਬਾਈ ਦੇਖੋ ਜੋ ਹੈਗੇ 85,000 ਕਿਲੋ, ਇਹ 85 ਗੇ, ਬਾਕੀ ਹੋਊਗਾ ਜੋ ਹੋਊਗਾ। ਆਇਆ ਦਿਖਾ ਮੈਂ ਹੈ ਇੱਕ ਲੋ, ਹਾਂ 5 ਲੋ 85,000 ਗੇ, ਜੋ 1,00,000 ਡੇਢ ਲੱਖ ਰੁਪਏ ਗੇ ਜੋ, ਹਾਂ ਬਸ ਹਾਂ ਜੋ ਓਰੀਜਨਲ ਹੈ, ਜੋ ਐਕਸਪੋਰਟ ਹੋਇਆ ਬਾਹਰ ਤੇ ਆਇਆ ਬਾਈ ਇੰਡੀਆ ਬਣਾਇਆ ਗਿਆ ਬਾਈ, ਉਹ ਫਰਕ ਹੈ ਬਸ। ਚਲੂਗਾ ਉਹ ਵੀ ਚਲੂਗਾ ਬਰਾਬਰ ਹੈ, ਚੱਲਨੇ ਮੈਂ ਕੁਛ ਨਹੀਂ ਹੈ, ਇਸਕੀ ਪ੍ਰੋਫਾਈਲ ਵੀ ਬੜੀ ਆ ਉਸ ਨਾਲੋਂ ਦੇਖ ਹਨਾ, ਉਹ ਪੈ ਰਿਹਾ ਸੈੱਟ ਮਾਰਾ 2.5 ਕਾ ਜੋ, 2.5 ਲੱਖ ਰੁਪਏ ਹਾਂ ਜੋ ਪੈਣੇ ਮਾਰੇ ਲਾਗਾ ਚੱਲ ਪਈ ਆ, 12 12 5 60 60,000 ਕੇ ਟਾਇਰ ਹੋ ਗਏ, ਅਤੇ ਆਪਣਾ 85,000 ਕੇ ਲੋਏ 1,40, ਫਿਰ ਆਪਣੇ ਵਾਲੇ ਦੇਖਾਂ ਕਿੰਨੇ ਕੁ ਜਾਵਾਂ ਹੈ ਨਾ, ਦੇਖਾਂ ਨਾ ਕਿਆ ਬਣਾ ਆਪਣੇ ਵਾਲੇ ਟਾਇਰ ਕਾ ਰੇਟ ਪੁੱਛਾਂ ਨਾ ਇਹਨੂੰ ਵੀ ਕਿਆ ਰੇਟ ਹੈ ਟਾਇਰ, ਟਾਇਰ ਦੀ ਕਰਾਤੀ ਗੁੱਡੀ ਚੇਂਜ, ਗੁੱਡੀ ਜੇ ਹੋਈ ਉਹ ਸ਼ਿਮਲੇ ਤੋਂ ਆਏ ਪਵਾਣ ਪੂਰਾ, ਹਾਂ ਬਹੁਤ ਮਿਹਨਤ ਦਾ ਕੰਮ ਹੈ ਬਾਈ, ਦੱਸੋ ਬਾਈ ਕਿਹੜਾ ਪਵਾਈਏ ਟਾਇਰ, ਆਹ ਵਾਲਾ ਕਿ ਆਹ ਵਾਲਾ, ਵੈਸੇ ਤਾਂ ਆਪਾਂ ਆਹੀ ਪਸੰਦ ਕਰਿਆ, ਬਾਕੀ ਅਸੈਸਰੀ ਨਾਲ ਦੇ ਨਾਲ ਇਹ ਵੀ ਆਇਆ ਕੋਈ ਫੋਰਚੂਨਰ ਵਾਲਾ, ਬਾਕੀ 2 ਫੌਜਾਂ ਵਿਹਲੜ ਸਿਰੇ ਗਏ, ਹਾਂ ਸਿਰੇ ਦੇ ਵਿਹਲੜ ਬਾਈ, ਬਹੁਤ ਔਖਾ ਟਾਇਰ ਫਿੱਟ ਕਰਾਉਣਾ ਹੈ ਨਾ, ਕੀ ਚੀਜ਼ ਬਣਾ ਕੇ ਲੈ ਜੂੰਗਾ ਜੇ ਗੱਡੀ ਨਾ, ਤੁਸੀਂ ਕੱਲ੍ਹ ਵੀ ਦੇਖੀ ਹੈ ਕਿੱਦਾਂ ਦੀ, ਅੱਜ ਦੇਖਿਓ ਕਿੱਦਾਂ ਦੀ ਲੱਗਦੀ ਹੈ। ਬਾ ਹੁਣ ਤਾਂ ਜੰਗਲੀਏ ਦੇ ਕਿਹੋ ਜਿਹਾ ਲੱਗ ਰਿਹਾ, ਉਹ ਦੇਖ ਕਿਆ ਕਰ ਪਵਾ ਦੇ, ਸਾਡੇ ਨਾਲ ਇਹਨੇ ਫੋਰਚੂਨਰ ਚ ਪਵਾਇਆ, ਜੰਗਲੀ ਬੈਠ ਜਾ ਨਾ, ਪਤਾ ਨੀ ਕਿਹੜੀ ਆ, ਕਿਹੜੀ ਆ ਦੱਸ ਕਿਹੜੀ ਆ, ਇਹ ਪੁੱਛ ਕਿਉਂ ਰਿਹਾ ਹੈ,
यो न्यू मॉडल है, ये भी फॉर्च्यूनर है पता। और नहीं है लेजेंडर सेम है वो भी। फॉर्च्यूनर लेजेंडर फाइनल हो गया अपना टायर। हवा में खड़ा दी बेचारी। खिला दो न्याणे नूं सैंडविच मंगा दो यार। चढ़न लगा पहला टायर फ्यूल। आ लो जी फाइनल टच पंजवा लो लग गया। हूँ थोड़े सामने क्या लुक आई है गड्डी दी। आ कटना पैना अगे तो है वीर ये टायर टच हो रहे गड्डी ना जट फोर भाई फोर मैं जगार कटवानी पे भाई गड्डी पत्थर रख कर दिल पा ता जगह लोहा पे आ भाई फिर खोल लिया तो मतलब बेले हो गए दे भी चल चलिए घर नु तो दी बड़ के करता सेट बड़ा गैप पता है। हां जी भुख लग रही बिस्कुट खाया जा बंटी बजा के जा बिस्कुट खाया तो जाके जा और किचन जे में जाया जान दे जे ग्रिल देख रहे हो तो वैसे चाक के देखो सही है ये रोल जाना है जालियां क्या करनी है। लो जी आप साक वाले एक्सेसरी पवान अपनी गड्डी की न्यू लुक कहता आप फ्रंट ग्रिल रेंगलर वाली तो लाइटा बहुत ज़्यादा मोटिवेशन लाइट नहीं चल रही साइड लुक प्रोमैन कंपनी का अच्छा जी जरा कि सब तो वधिया होंगे
ਠੀਕ ਹੈ ਜੀ। ਜਿਹੜਾ ਰੈੱਡ ਕਲਰ ਦਾ ਕਹਿ ਰਹੇ ਹੋ ਉਹ ਵੀ ਤੁਹਾਨੂੰ ਦਿਖਾਉਣਾ, ਆ ਜਾਓ। ਇਹ ਚੜ੍ਹਨ ਵਾਸਤੇ ਹੁੰਦਾ ਉੱਤੇ, ਹੈ ਨਾ? ਮੇਨ ਮਕਸਦ ਹੀ ਚੜ੍ਹਨ ਦਾ ਜੀ ਹੁੰਦਾ। लेने की आदत जो दूसरी हुक्म कर रहे मेरा वीर वो होंगे ये। अच्छा जी, ये किन्ने का जी? ये 4,500 का, वो 7,800। ठीक है, बाकी तो फिर कराऊंगा यार। तो चेंज होगी बस, अद्धा घंटा और गाड़ी तैयार फिर चलते हैं घर वाल वापस। बाकी ये जो शूट करांगे वीडियो प्रॉपर बना के ना फिर पावांगे। हाँ, भुख लग रही? सन्नू कह कुछ लिया होगा खाने जो अस इन खिला कुछ दे दुकान दुकान होने जा कह। फ्रंट लाइटां पईआं अपनीआं 12,000 दीआं, उहदे नाल ग्रिल 9,500 दी। दिखांदा तुहानूं कित्थां दी लगदी है ਉਹ ਲੱਗਿਆ ਵਾ ਬਾਈ ਥੱਲੇ।